ਉਹਨਾਂ ਨੂੰ ਨਾ ਛੱਡਣਾ ਇੱਕ ਗੈਰ ਜ਼ਿੰਮੇਵਾਰਾਨਾ ਔਰ ਮੈਂ ਕਹਿੰਦਾ ਕਾਇਰਤਪਣਾ ਦਿਖਾਇਆ ਹੈ ਸਰਕਾਰ ਨੇ ਕਾਇਰਤਾ ਦਿਖਾਈ ਹੈ ਚੰਗਾ ਹੁੰਦਾ ਉਹ ਆਪਣੀ ਵਾਹ-ਵਾਹ ਖੱਟ ਲੈਂਦੇ ਪੰਜਾਬ ਦੇ ਅਸੀਂ ਨਹੀਂ ਚਾਹੁੰਦੇ ਜੀ ਪੰਜਾਬ ਦੇ ਲੋਕ ਵੀ ਸਿੱਧੂ ਨਾਲ ਪਿਆਰ ਕਰਦੇ ਨੇ ਤੁਸੀਂ ਦੇਖੋਗੇ ਲੱਖਾਂ ਦੀ ਤਾਦਾਦ ਦੇ ਵਿੱਚ ਲੋਕਾਂ ਨੇ ਇੱਥੇ ਆਉਣਾ ਸਰਕਾਰ ਡਰ ਗਈ ਇੰਟੈਲੀਜੈਂਸੀਆਂ ਨੇ ਵੀ ਰਿਪੋਰਟ ਦਿੱਤੀ ਹੈ ਕਿ ਪਟਿਆਲੇ ਦੇ ਵਿੱਚ ਲੱਖਾਂ ਲੋਕਾਂ ਨੇ ਸਿੱਧੂ ਸਾਹਿਬ ਦੀ ਰਿਹਾਈ ਤੇ ਉਹਦੇ ਸਵਾਗਤ ਲਈ ਪਟਿਆਲੇ ਦੇ ਵਿੱਚ ਆਉਣਾ ਸੀ ਜਿਹੜੇ ਕਿ ਆਏ ਵੀ ਆ ਚ ਬਹੁਤ ਸਾਰੇ ਆਏ ਆ ਲੰਗਰ ਵੀ ਬੜੇ ਲੱਗੇ ਹੋਏ ਤੇ ਔਰ ਪਹਿਲਾਂ ਤਾਂ ਐਡਮਿਨਿਸਟ੍ਰੇਸ਼ਨ ਨੇ ਲੰਗਰ ਲਾਉਣ ਤੋਂ ਵੀ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਜਦੋਂ ਇਹ ਕਾਫਲਾ ਚੱਲਦਾ ਜਦੋਂ ਇਸ ਤਰ੍ਹਾਂ ਮਾਹੌਲ ਬਣਦਾ ਤਾਂ ਪਬਲਿਕ ਦੀ ਨਹਿਰੀ ਵਗਦੇ ਕੋਈ ਨਹੀਂ ਖੜ ਸਕਦਾ ਆਪ ਵਾਲਿਆਂ ਨੂੰ ਸੋਚਣਾ ਚਾਹੀਦਾ ਜਿਹੜੇ ਆਪਣੇ ਆਪ ਨੂੰ ਆਮ ਆਦਮੀ ਕਹਿੰਦੇ ਨੇ ਉਹ ਆਮ ਆਦਮੀ ਨਹੀਂ ਬਣਦੇ ਮੈਂ ਹੁਣ ਕਹਿੰਦਾ ਖਾਸ ਆਦਮੀ ਦੇ ਤੌਰ ਤੇ ਉਹਨਾਂ ਨੇ ਇਹ ਜਿਹੜੀ ਇਹ ਸਰਕਾਰ ਜਿਹੜੀ ਹੈ ਨਾਂ ਦੀ ਉਹ ਹੈ ਮਾਨਤੀ ਸਰਕਾਰ ਸਰਕਾਰ ਨੂੰ ਚਲਾਉਣ ਵਾਲੇ ਤਾਂ ਹੋਰ ਲੋਕ ਨੇ ਇਸ ਲਈ ਸਰਕਾਰ ਨੂੰ ਇਹ ਭਾਰੀ ਪਊਗਾ ਕਿਸੇ ਵਕਤ 'ਚ ਵੈਸੇ ਵੀ ਲੋਕਾਂ ਦਾ ਸਾਲ ਦੇ ਅੰਦਰ ਅੰਦਰ ਤੁਸੀਂ ਦੇਖੋ ਕਿ ਉਹ ਭੰਗ ਹੋ ਚੁੱਕੇ ਆ ਲਾਡ ਆਰਡਰ ਦੇ ਮਸਲੇ 'ਤੇ ਲਾ ਲਓ ਤੁਸੀਂ ਗੈਂਗਸਟਰ ਅਜੇ ਵੀ ਚੱਲਦੇ ਨੇ ਨਸ਼ੇ ਦਾ ਰੋਜ਼ ਇੱਕ ਦੋ ਮਰਦੇ ਨੇ ਲੁੱਟਾਂ ਖਾਵਾਂ ਰੋਜ਼ ਹੋ ਰਹੀਆਂ ਨੇ ਔਰ ਆਫੀਸਰ ਪਿੱਕ ਐਂਡ ਚੂਜ਼ ਕੀਤੇ ਆਫੀਸਰਾਂ ਦੀਆਂ ਬਦਲੀਆਂ ਤੁਸੀਂ ਦੇਖੋਗੇ ਹਰ ਧੀਏ ਦਿਨ ਨੋਟੀਫਿਕੇਸ਼ਨ ਹੁੰਦਾ ਅਫਸਰ ਅਫਸਰਾਂ 'ਚ ਵੀ ਬੇਚੈਨੀ ਆ ਇਸ ਲਈ ਲੋਕਾਂ 'ਚ ਤਾਂ ਬੇਚੈਨੀ ਹੈ ਸੈਂਟਰ ਦੀ ਮਹਿੰਗਾਈ ਜਿਹੜੀ ਮਹਿੰਗਾਈ ਹੈ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਕੋਈ ਸੁਖਾਵੇਂ ਨਹੀਂ ਕੋਈ ਵੀ ਆਪਣੇ ਆਪ ਨੂੰ ਸੇਫ ਮਹਿਸੂਸ ਨਹੀਂ ਕਰਦਾ ਇਸ ਲਈ ਅਸੀਂ ਸਾਰੇ ਇਸ ਗੱਲ ਨੂੰ ਕੰਡੈਮ ਕਰਦੇ ਹਾਂ ਔਰ ਇਹ ਭਗਵੰਤ ਮਾਨ ਦੀ ਸਰਕਾਰ ਔਰ ਸੈਂਟਰ ਦੀ ਸਰਕਾਰ ਉਹ ਸੰਵਿਧਾਨ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਕਰਦੇ ਹੈ ਬਾਬਾ ਸਾਹਿਬ ਦੀ ਆਤਮਾ ਨੂੰ ਸੱਟ ਪਹੁੰਚਾਉਣ ਦੀ ਸੱਟ ਪਹੁੰਚਾਈ ਗਈ ਹੈ ਮੈਂ ਤਾਂ ਇਹ ਕਹਾਂਗਾ ਕਿ ਅੱਜ ਹਿੰਦੁਸਤਾਨ ਦੇ ਖਾਸ ਤੌਰ 'ਤੇ ਪੰਜਾਬ ਦੇ ਜਿਹੜੇ ਸਿੱਧੂ ਸਾਹਿਬ ਨਾਲ ਪਿਆਰ ਕਰਦੇ ਨੇ ਉਹਦੇ 'ਚ ਲੀਡਰਸ਼ਿਪ ਕੁਆਲਿਟੀ ਹੈ ਉਹਦੇ 'ਚ ਉਹ ਲੜਾਕਾ ਵੀ ਹੈ ਲੋਕ ਉਹਨਾਂ ਨੂੰ ਪਿਆਰ ਵੀ ਕਰਦੇ ਆ ਔਰ ਇੱਕ ਟਕਸਾਲੀ ਪਰਿਵਾਰ 'ਚੋਂ ਇਹਨਾਂ ਦੇ ਪਿਤਾ ਜੀ ਵੀ ਜਿਹੜੇ ਸਿੱਧੂ ਸਾਹਿਬ ਸੀ ਰਘੁਪੰਗ ਜੀ ਉਹ ਐਡਵੋਕੇਟ ਜਨਰਲ ਵੀ ਰਹੇ ਜ਼ਿਲ੍ਹੇ ਦੇ ਪ੍ਰਧਾਨ ਵੀ ਹੈ ਸਰਦਾਰ ਲਾਲ ਸਿੰਘ ਦੇ ਫਾਦਰ ਰਾੜ ਸਿੰਘ ਹੋਣੀ ਵੀ ਉਹਨਾਂ ਨਾਲ ਕੰਮ ਮੈਂ ਵੀ ਕੀਤਾ ਮੈਂ ਜਦੋਂ MLA ਸੀ ਉਹ ਵੀ ਐਡਵੋਕੇਟ ਜਨਰਲ ਸੀ ਸਰਦਾਰ ਦਰਬਾਰਾ ਸਿੰਘ ਦੇ ਇਸ ਲਈ ਸਿੱਧੂ ਨੂੰ ਰਿਹਾਈ ਨਾ ਕਰਨਾ ਇੱਕ ਪੰਜਾਬ ਦੇ ਲੋਕਾਂ ਨਾਲ ਧੱਕਾ ਹੈ ਕੱਲਾ ਸਾਡੇ ਨਾਲ ਹੀ ਪੰਜਾਬ ਦੇ ਲੋਕਾਂ ਦੀ ਆਤਮਾ ਨੂੰ ਇੱਕ ਬਹੁਤ ਬੜੀ ਸੱਟ ਪਹੁੰਚਾਈ ਹੈ ਜਿਹੜੇ ਆਮ ਆਦਮੀ ਕਹਿੰਦੇ ਨੇ ਅੱਜ ਖਾਸ ਇੱਕ ਡਿਕਟੇਟਰ ਦੇ ਤੌਰ ਤੇ ਇੱਕ ਕਹਿ ਸਕਦੇ ਅਸੀਂ ਔਰੰਗਜ਼ੇਬ ਨੂੰ ਕਹਿ ਦਿੰਦੇ ਜ਼ਾਲਮ ਸਰਕਾਰ ਇਹ ਤਾਂ ਕੀ ਹੈ ਇਹ ਉਹਨਾਂ ਨੂੰ ਘੱਟ ਨੇ ਕਿਤੇ ਇਹ ਕਾਇਰ ਤਾਂ ਪਾਣਾ ਕੋਈ ਮੰਗ ਵਾਲੀ ਗੱਲ ਨੀ ਇਹ ਰਾਈਟ ਹੈ ਹੋਮ ਮਿਨਿਸਟਰੀ ਦਾ ਸੈਕੂਲਰ ਹੈ ਸਰਕੂਲਰ ਆਇਆ ਹੋਇਆ ਸਾਰੀਆਂ ਸਟੇਟਾਂ ਨੂੰ ਆਇਆ ਪੰਜਾਬ ਗੌਰਮੈਂਟ ਨੂੰ ਆਇਆ ਇਹ ਇਹ ਆ ਸਰਕੂਲਰ ਦੀ ਸਾਡੇ ਕੋਲ ਕਾਪੀ ਵੀ ਹੈ ਕਿਸੇ ਨੂੰ ਨਹੀਂ ਸਿੱਧੂ ਚੰਗਾ ਲੱਗਦਾ ਉਹਨਾਂ ਨੂੰ ਵੀ ਹੋ ਸਕਦਾ ਜੇ ਆਪ ਨੂੰ ਡਰ ਹੈ ਸਿੱਧੂ ਦਾ ਤਾਂ ਸਾਡੇ ਵਾਲਿਆਂ ਨੂੰ ਵੀ ਡਰ ਹੋ ਸਕਦਾ ਉਹਨਾਂ ਨੂੰ ਇਹ ਗਲਤ ਵੀ ਕੱਢ ਦੇਣੀ ਚਾਹੀਦੀ ਹੈ ਕਿਉਂਕਿ ਇਹਨੂੰ ਸਿੱਧੂ ਨੂੰ ਜੀ ਵੀ ਬਣਾਇਆ ਉਹ ਕਾਂਗਰਸ ਹਾਈ ਕਮਾਂਡ ਨੇ ਬਣਾਇਆ ਜਿਹੜੇ ਬਣੇ ਹੋਏ ਨੇ ਹੁਣ ਬਣੇ ਹੋਏ ਨੇ ਇਹਨਾਂ ਨੂੰ ਵੀ ਉਹਨਾਂ ਨੇ ਕਿਸੇ ਟਾਈਮ ਸਾਨੂੰ ਵੀ ਬਣਾਇਆ ਸੀ ਇੱਥੇ ਇੱਕ ਮਿੰਟ ਸੋਚੋ ਕਿਸੇ ਵੇਲੇ ਸਾਨੂੰ ਵੀ ਪ੍ਰਧਾਨ ਬਣਾਇਆ ਸੀ KP ਸਾਹਿਬ ਨੂੰ ਵੀ ਬਣਾਇਆ ਸੀ ਇਹ ਇੱਕ ਚੱਲਦਾ ਰਹਿੰਦਾ ਪ੍ਰੋਸੈਸ ਹੈ ਹਰ ਕੋਈ ਨਾ ਕੋਈ ਆਉਂਦਾ ਰਹਿੰਦਾ ਜੈਲਸੀ ਹੁੰਦੀ ਹੈ ਪਰ ਉਹਨਾਂ ਨੂੰ ਇਹੋ ਜਿਹੇ ਮੌਕੇ ਸਿੰਪਤੀ ਦਿਖਾਉਣੀ ਚਾਹੀਦੀ ਹੈ ਇੱਕ ਬੰਦਾ ਜੇਲ੍ਹ 'ਚ ਬੈਠਾ ਹੈ ਉਹਦੇ ਨਾਲ ਸਿੰਪਤੀ ਦਿਖਾਉਣ ਦੀ ਬਜਾਏ ਵਿਰੋਧ ਕਰਦੇ ਇਹਦਾ ਚੰਗਾ ਮੈਸੇਜ ਨਹੀਂ ਜਾਂਦਾ ਦਿਲ ਸਾਹਿਬ ਪਹਿਲਾਂ ਵੀ 15 ਅਗਸਤ ਨੂੰ ਏਦਾਂ ਹੁੰਦਾ ਸੀਗਾ ਕਿ ਗਵਰਨਰ ਸਾਹਿਬ ਨੇ ਕਿਹਾ ਸੀ ਕਿ ਕੈਬਨਿਟ 'ਚ ਮਨਜ਼ੂਰੀ ਦਿਓ ਕੀ ਤੁਹਾਨੂੰ ਹਜੇ ਵੀ ਉਮੀਦ ਹੈ ਕਿ ਸਰਕਾਰ ਇਸ ਬਾਰੇ ਕੋਈ ਗੱਲਬਾਤ ਕਰ ਸਕਦੇ ਚਰਚਾ ਚਲਾ ਇਹ ਦੇਖੋ ਲੀਗਲੀ ਇਹ 'ਚ ਕੈਬਨਿਟ ਜਾਣ ਦੀ ਜ਼ਰੂਰਤ ਨਹੀਂ ਹੈ ਮੈਂ ਜਿਹੜੀ ਗੱਲ ਕਰਦਾ ਲੀਗਲੀ ਕੈਬਨਿਟ ਦੀ ਜਿਹੜੀ ਇੱਕ ਸਰਕੂਲਰ ਹੈ ਸੈਂਟਰਲ ਗੌਰਮੈਂਟ ਦਾ ਪੰਜਾਬ ਗੌਰਮੈਂਟ ਦੀ ਮਰਜ਼ੀ ਹੈ ਹੋਮ ਮਿਨਿਸਟਰੀ ਨੇ ਇਜਾਜ਼ਤ ਦੇਣੀ ਹੈ ਇਹ 'ਚ ਕੋਈ ਉਹ ਨਹੀਂ ਹੈ ਇਹ ਪਿੱਕ ਐਂਡ ਚੂਜ਼ ਦੀ ਬਜਾਏ
मैं कहना पंजाब नाले धक्का कीता पंजाब दे ओह गरीब लोग जिहड़े आ संबंधते जिन्होंने कला शब्द सिद्धू साहब तां ठीक है एक प्रोमीनेंट फिगर है जिहड़े सधारण लोग ने ये आम सरकार सधारण लोगों की सरकार है सधारण आदमी ने भी धक्का कीता जानकारी किसी वालों दी गई थी कि सिद्धू साहब आ रहे हैं या किवें सीगा कि क्यों इवें तैयारी ये सरकार 22 जून नूं आया है 22 जून नूं सारे हिंदुस्तान दीआं सरकारां नूं भेजिआ पंजाब नूं भी भेजिआ यूपी नूं भी भेजिआ ਇਹ ਸਰਕੂਲਰ ਦੇ ਤਹਿਤ ਅਸੀਂ ਆਸ ਬੰਦੇ ਲੇਕਿਨ ਇਹਦੇ ਸਿੱਧੂ ਦਾ ਨਾਮ ਨਹੀਂ 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 ਇਹ ਚ ਨਾ ਕੋਈ ਨਹੀਂ ਇਹ ਤਾਂ ਸਰਕੂਲਰ ਹੈ ਸੈਂਟਰ ਦਾ ਇਹ ਚ ਨਾ ਨਹੀਂ ਪ੍ਰਪੋਜ਼ਲਾਂ ਬਣ ਕੇ ਗਈਆਂ ਇਹ ਚ ਕੋਈ ਸ਼ੱਕ ਨਹੀਂ 51 ਬੰਦਿਆਂ ਦੀ ਪ੍ਰਪੋਜ਼ਲ ਉੱਚ ਸਿੱਧੂ ਸਾਹਿਬ ਦਾ ਨਾਮ ਸੀਗਾ ਪਰ ਕਿਉਂ ਰੋਕ ਲਈ ਇਸ ਮੌਜੂਦਾ ਸਰਕਾਰ ਨੇ ਇਹ ਤਾਂ ਉਹੀ ਦੱਸ ਸਕਦੇ ਨੇ ਪਰ ਉਹਨਾਂ ਨੇ ਚੰਗਾ ਨਹੀਂ ਕੀਤਾ फराक दिली दिखानी चाहिए कन्नम करन दी बजाय सहमति रखनी चाहिए थोड़ा कलीग है ये फैमिली कांग्रेस फैमिली है पिता जी भी कांग्रेस रहे इन्हां दी माता जी ने दो इलेक्शन लड़े हैं कांग्रेस के एम एल ए डटकाले तो असी भी उदो कांग्रेस चे असी जेलों च भी रहे हैं ऐसी गल अज क्योंकि कई अज कल मेनू मैं समझदा कि कई अहदे मिल जाते ने पर अजे तजर्बा नहीं मिले ये पेशेंस रखनी चाहिए कोई बहुत सारे कांग्रेसी लीडर जो जेल च मिलन आते सिद्धू साहब मिले बिना चले जाते आशू जी मिल के जाते नहीं नहीं देखो सिद्धू साहब कोई जा सकता सी उत्थे अपॉइंटमेंट कोई सिस्टम है जे बिना असी भी मैं भी मिले तीन बारी मैं 5-7 दिन पहला इनफॉरमेशन दिता थी जेल सुपरिटेंडेंट नूं रिक्वेस्ट करता थी उहदे बाद तां अप्रूवल हुंदी जे मौके ते जुमे नूं चले जाओ शुक्रवार नूं भी असी मिलना है तां जेल अथॉरिटी ने उहनां नूं इजाजत नहीं देनी अंदर तां जेल अथॉरिटी दी गल चलनी है उह कहिंदे साडे कोल पहला इनफॉरमेशन होनी चाहीदी है कौन मिल रहा है कौन नहीं मौके ते तुसीं आशू नूं मिलन जांदे हो फिर कहिंदे सिद्धू नूं भी मिली है ये भी वाजब गल नहीं जे आशू नूं मिलन गए हो तुसीं सिद्धू दा भी नाम लिखो भी असीं उहनूं भी मिलना है सवाल ही यह है जी कि वह सिद्धू साहब नूं नहीं मिलन जांदे सी देखो मैं क्लीयर कहना है पंजाब दे लोकां च इहदा बहुत बड़ा रोस है इहदा बुरा असर पऊगा सरकार दे खिलाफ और केंद्र दे भी खिलाफ क्योंकि सरकार मैं तां कई वारी कहना है कि आम आदमी पार्टी बीजेपी की भी सैकड़ जमात है ये भी टीम है उन्हों की कांग्रेस के खिलाफ पर अफसोस है कांग्रेस पार्टी के मौजूदा लीडर ਇਹਦਾ ਵਿਰੋਧ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਕੋਆਪਰੇਸ਼ਨ ਕਰਨੀ ਸਾਡਾ ਰੋਡ ਮੈਪ ਹੈ ਅਸੀਂ ਪੰਜਾਬ ਦੇ ਸਾਰੇ ਕਾਂਗਰਸੀ ਹੈ ਸਿੱਧੂ ਸਾਹਿਬ ਵੀ ਕਾਂਗਰਸ ਹੈ ਕਾਂਗਰਸ ਨੂੰ ਤਕੜਾ ਕਰਨ ਲਈ ਅਸੀਂ ਹਰ ਸਟੈਪ ਚੱਕਾਂਗੇ ਔਰ ਕਾਂਗਰਸ ਅੱਜ ਦੇਸ਼ ਦੇ ਵਿੱਚ ਜੋ ਯਾਤਰਾ ਚੱਲ ਰਹੀ ਹੈ ਰਾਹੁਲ ਗਾਂਧੀ ਦੀ ਤੁਸੀਂ ਦੇਖੋਗੇ ਲੱਖਾਂ ਦੀ ਤਾਦਾਦ ਦੇ ਵਿੱਚ ਰਾਹੁਲ ਗਾਂਧੀ ਦੀ ਯਾਤਰਾ ਚ ਪੋਲੀਟੀਕਲ ਪਾਰਟੀ ਦੇ ਲੋਕ ਵੀ ਆਮ ਸਧਾਰਨ ਲੋਕ ਹਰ ਵਰਗ ਦੇ ਹਰ ਸੈਕਸ਼ਨ ਦੇ ਲੋਕ ਉਹਦੇ ਚ ਪਾਰਟਿਸਪੇਟ ਕਰਦੇ ਨੇ ਪੰਜਾਬ ਚ ਮੇਰਾ ਖਿਆਲ ਇੰਨਾ ਹੁੰਗਾਰਾ ਮਿਲਿਆ ਵੀ ਦੇਸ਼ ਚ ਕਿਤੇ ਨਹੀਂ ਹੁੰਗਾਰਾ ਇੰਨਾ ਮਿਲਿਆ ਬਾਹਰ ਵੀ ਮਿਲਿਆ ਪਰ ਪੰਜਾਬ ਦੇ ਲੋਕ ਤਾਂ ਉਮੜ ਕੇ ਆਏ ਨੇ ਸੜਕਾਂ ਤੇ ਇਸ ਲਈ ਇਹ ਅਸੀਂ ਸਾਰੇ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਔਰ ਸਿੱਧੂ ਵੀ ਸਾਹਿਬ ਨੇ ਵੀ ਕਾਂਗਰਸ ਮਜ਼ਬੂਤ ਕਰਨ ਲਈ ਬੀੜਾ ਚੱਕਿਆ ਹੋਇਆ ਹੈ ਅਸੀਂ ਸਾਰੇ ਹਾਂ ਕੇ ਪੀ ਸਾਹਿਬ ਆ ਹੋਰ ਅਸੀਂ ਸਾਰੇ ਜਿਹੜੇ ਹੈ ਪੁਰਾਣੇ ਫੈਮਿਲੀ ਹੈ ਕੇ ਪੀ ਸਾਹਿਬ ਦਾ ਫਾਦਰ ਅੱਤਵਾਦੀਆਂ ਨੇ ਮਾਰਿਆ ਕੌਣ ਨਹੀਂ ਜਾਣਦਾ ਸਾਡੇ ਤੇ ਅਟੈਕ ਹੋਇਆ ਮੇਰੇ ਖੰਨੇ ਆਫਿਸ 'ਚ ਹੋਰ ਇੱਥੇ ਬਹੁਤ ਫੈਮਿਲੀਆਂ ਬੈਠੀਆਂ ਆ ਸੇਕਲੀ ਸਾਹਿਬ ਬੈਠੇ ਨੇ ਕਾਂਗਰਸ ਕੋਈ ਵੀ ਇਨਫਾਈਟਿੰਗ ਨਹੀਂ ਹੁੰਦੀ ਈਗੋ ਦੇਖੋ ਗੱਲ ਈਗੋ ਫਾਈਟਿੰਗ ਕੋਈ ਨਹੀਂ ਈਗੋ ਹੁੰਦੀ ਹੈ ਹਰ ਬੰਦਾ ਬਣਨਾ ਚਾਹੁੰਦਾ ਹੁੰਦਾ ਹੈ ਇਸ ਕਰਕੇ ਉਹ ਵੀ ਆਪਣੇ ਆਪ ਅੰਦਰ ਸੋਚਣ ਜਿਹੜੇ ਬਣੇ ਹੋਏ ਨੇ ਉਹਨਾਂ ਨੂੰ ਵੀ ਦਿੱਲੀ ਵਾਲਿਆਂ ਨੇ ਬਣਾਇਆ ਉਹਨਾਂ ਨੂੰ ਪ੍ਰਿਅੰਕਾ ਗਾਂਧੀ ਨੇ ਬਣਾਇਆ ਰਾਹੁਲ ਗਾਂਧੀ ਜੀ ਨੇ ਬਣਾਇਆ ਸੋਨੀਆ ਗਾਂਧੀ ਜੀ ਨੇ ਬਣਾਇਆ ਬਣਾਉਣ ਵਾਲੇ ਉਹ ਨੇ ਨਾ ਅਸੀਂ ਬਣਾਉਣ ਵਾਲੇ ਹਾਂ ਨਾ ਅਸੀਂ ਹਟਾਉਣ ਵਾਲੇ ਹਾਂ ਸਿੱਧੂ ਨੂੰ ਉਹਨਾਂ ਨੇ ਬਣਾਇਆ ਸਿੱਧੂ ਨੂੰ ਉਹ ਪਿਆਰ ਕਰਦੇ ਨੇ ਇਹਦਾ ਖਦਸਾ ਹੈ ਉਹਨਾਂ ਨੂੰ
मनप्रीत दी क्या मजबूरी है ये तो उही दस सकता है। जेडे अगे गए ने कोई ईडी तो डरदा ती कोई विजिलेंस तो डरदा ती ओ तो प्रोटेक्शन लैण लई चले गए। पटियाले दे महापुरश भी चले गए बच्चे ही ने जिन्हें सारे सारा साल चार साल सरकार चला के पंजाब च माफिया राज पैदा करके माफिया नू पैदा करके गैंगस्टर नू पनाह दे के जो हुंदा रहा वो पटियाले दी छत्र छाया थले जिंदा रहा वो अपने बचाओ लई उधर गए ने। जे कोई होर जाना चाहूगा डरदे ही जा रहे ने क्योंकि माड़े काम किए ने चंगे काम करने वाले नू कोई डर नहीं। देखो जेडे नहीं आए उन्होंने भी पुछो भी क्यों नहीं आए जे कांग्रेस नू मजबूत करना है कांग्रेस टकसाली सरकार ने टकसाली लोगों नाल रहना है तां सानू जरूर निकल के आना पौगा असी अगे वास्ते भी संघर्ष करांगे सिद्धू वास्ते लड़ाई भी लड़ांगे इस कोई शक नहीं है ये उन्हां दी जमीर है उन्होंने पुछो भी क्यों नहीं आयो। देखो प्रदीप कौर मैं समझदा वो सस्पेंशन दे डर दे उत्ते अजे बैठी है चुप करी बाकी सारा काम तो उन्हें किया ही होया पकाउण नहीं जानदा पटियाले च भी कांग्रेस की आई थी फिर इतने तो पटियाले च क्या फेर दी उन्होंने तो सारे पंजाब च फरवा दी इस परिवार ने तो पटियाले मामले ते कि असी कहे जे बंदे नू लिया के पंजाब दे विच झोकता ओनू प्रधान बनाता मैं तो उदो भी मुखालफत करता मैं जिहड़ी गल करता जदो एंट्री होई 1998 च प्रधान बने मैं तो उदो भी विरोध करता थी भी ये जेड़े राजपूत ने ना राज जिहदा राज उहदी पूत ने इसलिए तो जिहदा राज आउणा उहदी पूत बन जाणा इन्होंने तो सिद्धू फैमिली ने कोई नवी जिम्मेवारी देण जा रही है हाईकमांड जिहड़ी मीटिंगां हो रही ने बार बार उन्होंने बुलाया भी गया उत्थे जिम्मेवारी प्रधान बनाता नहीं हुण हुण नवी ये अजे नौजवान है मैं तो एक एक गल करना जेल तक सिद्धू नूं रास आ गई उहदी सेहत वधिया होगी उहदी सेहत बहुत वधिया होगी जेल च रह के बहुत कुछ सिखदा आदमी स्वभाव भी चेंज होगा आदमी गलतियां करके आदमी चेंज होंदा है इसलिए असि शुभ कामना रखते हैं ओहदे वास्ते कि ओहदी चंगी सेहत होवे अगे आवे लीड करे पंजाब नूं पंजाब दे विच कांग्रेस नूं असि मजबूत करिए देखो ए च कई गल्लां ने दिल्ली भी ए इन्वॉल्वमेंट जी मैं कह चुके ये बी टीम है आर एस एस की ये जी जो आप आए हैं क्योंकि इसका पुराना पास्ट देखो केजरीवाल का वो जो अन्ना हजारे धरना दिता हूँ जी वो मेन आदमी ये होंगे थी इसलिए वह भी एस आर एस एस के इशारे से चलने वाले 30 जनवरी का जरा श्रीनगर के सम्मेलन होना है नैशनल लैवल से यह भी एक कारण हो सकता है कि सिद्धू साहब उत्थे पार्टीसपेट ना कर उच भी रोल अदा किया जाता भी ओनू पार्टिसिपेशन तो रोकया जाए। डॉक्टर नवजोत कौर सिद्धू दे ट्वीट नू किवें डीकोड करदे हो उन्होंने जिवें जिक्र किया कि नवजोत सिंह सिद्धू एक फरोशियस एनिमल है यानी कि खूंखार जानवर है और तही सरकार छड़ना नहीं जानवर ना ये शब्द ना पर उन्होंने अपने ट्वीट च लिखा है जी जानवर है बड़ा खतरनाक सरकार इस करके दूर है। नहीं नहीं देखो सिद्धू साहब मैं तो कहूंगा देखो जेड़े छिक्के मारदा रहा है अपनी जवानी च छिक्के मारदा रहा नहीं सिद्धू मशहूर च छिक्के मारन च और कांग्रेस भी छिक्के मारूगा है आउण वाले समय च ये सरकार ने 2 महीने रह गए ये समा तो इन्होंने अपने लिए खूह पट लिया अपने लिए खूह पट लिया आप आलिया ने यह तो लोगों च होर पॉपुलर होगा लोगों च रिजेंटमेंट है
लोग आस बनते भी सिद्धू आऊगा बार ओदा चंगा स्वागत अज जे निकल दे तो लखा लोगों ने इतने पटियाले च ओदा स्वागत करना। नवजोत कौर सिद्धू 30 तारीख नूं ज्वाइन करनगे फिर उत्थे जिहड़ा प्रोग्राम है जी इनविटेशन आया होया इनविटेशन सानू भी आया होया सारे नू आया होया जिन्हें सीनियर कौर गलबात हुई आप नहीं आए मतलब की आप क्यों नहीं आए तबीयत ठीक तबीयत ठीक फादर साडे कोलीग रहे ने असीं तां शुभ कामना करने नवजोत कौर सिद्धू जल्दी स्वस्थ होवे तंदुरुस्त रहे होवे और ओहदे बाद अगे जावे अज लाल सिंह जी भी ओह भी हॉस्पिटलाइज ने नहीं वो भी आउंदे इस करके ही कई इदे करके भी ढिले मौसम खराब करके भी नहीं जा सके। ਦੁੱਲਾ ਸਾਹਿਬ ਜਿਹੜਾ ਸਿੱਧੂ ਸਾਹਿਬ ਦਾ ਸਮਾਨ ਕੱਲ ਜੇਲ੍ਹ ਤੋਂ ਘਰ ਭੇਜਿਆ ਗਿਆ ਹੁਣ ਕੀ ਹੁਣ ਵਾਪਸ ਫਿਰ ਜੇਲ੍ਹ ਚ ਭੇਜੋਗੇ ਤੁਹਾਨੂੰ ਆਸ ਹੈ ਇਸ ਹਫਤੇ ਦੇ ਵਿੱਚ ਰਿਹਾਈ ਹੋ ਸਕਦੀ ਹੈ ਜਾਂ ਹੁਣ ਤੁਹਾਨੂੰ ਲੱਗਦਾ ਕਿ ਅਪ੍ਰੈਲ ਦੇ ਵਿੱਚ ਹੀ ਬਾਹਰ ਆਉਣਗੇ? ਦੇਖੋ ਸਰਕਾਰ ਜਦ ਮਰਜ਼ੀ ਕਰ ਸਕਦੀ ਹੈ ਸਰਕਾਰ ਤਾਂ ਸਰਕਾਰ ਹੈ ਪਰ ਜੋ ਉਹਨਾਂ ਨੇ ਕੀਤਾ ਇਹ ਨਿੰਦਣਯੋਗ ਹੈ। ਦੁੱਲਾ ਸਾਹਿਬ ਲਤੀਫਪੁਰਾ ਦੇ ਜਿਹੜੇ ਜਿਹੜੇ ਕਾਂਡ ਆਏ ਗਏ ਸੀ ਉਹਨਾਂ ਵੱਲੋਂ ਅੱਜ ਪ੍ਰੋਟੈਸਟ ਕੀਤਾ ਗਿਆ ਜਲੰਧਰ ਦੇ ਵਿੱਚ ਕਾਫੀ ਵੱਡਾ ਰਿਪਬਲਿਕ ਡੇ ਦੇ ਉੱਤੇ ਜਿਹੜਾ ਉਹਨਾਂ ਜਿੱਥੇ ਉੱਥੇ गरीब लोगों के मकान टाए गए जी ठंड के मौसम के बाहर बैठे ने तंबूआ सरकार ने कोई मदद नहीं की जिहड़ियां आम समाजिक जथेबंदियां और ज्यादा उहदे बारे के पी साहब भी दसणगे कि उत्थे लतीफपुर क्या होया वह जो कुछ किया आम आदमी नहीं रहे हुण ये जितण तो बाद ये हुण खास आदमी बन गए आदम आदमी जो आम घराने गरीब लोग बलडोजर चला रहे लतीफ होर बारे के पी साहब दस इना एरिया लतीफपुरा जरा है बिलकुल मेरे घर के बिलकुल नजदीक है और पिछले कई साल तो कोर्ट के बच्चों का केस चल रहा जिस दिन इन्होंने ढाया उस तो एक दिन पहला मैं जो कमीशन जो सा चेयरमैन है ਉਹਦੇ ਨਾਲ ਗੱਲ ਕੀਤੀ ਉਹ ਕਹਿੰਦਾ ਜੀ ਅਸੀਂ ਮਜਬੂਰ ਹਾਂ ਜਿਹੜੀ ਸਾਡੇ ਕੋਰਟ ਨੇ ਆਰਡਰ ਦਿੱਤੇ ਮੈਂ ਉਹਨਾਂ ਨੂੰ ਇਹ ਕਿਹਾ ਕਿ ਜਦੋਂ ਸਾਡੀ ਸਰਕਾਰ ਸੀ ਜਦੋਂ ਚੰਨੀ ਜੀ ਚੀਫ ਮਿਨਿਸਟਰ ਸੀ ਮੇਰੇ ਘਰ ਆਏ ਤਾਂ ਅਸੀਂ ਉੱਥੇ ਉਹਨਾਂ ਤੋਂ ਆਰਡਰ ਕਰਾਤੇ ਸੀ ਵੀ ਕਿਸੇ ਹਾਲਤ 'ਚ ਨਹੀਂ ਟਾਈ ਐਡਵੋਕੇਟ ਜਨਰਲ ਨੇ ਵੀ ਆਪਣੀ ਰਾਏ ਦੇ ਦਿੱਤੀ ਸੀ ਵੀ ਕੋਰਟ ਮੈਟਰ ਆ ਕੋਰਟ ਦਾ ਮੈਟਰ ਜਿਹੜਾ ਆ ਕੋਰਟ ਦੇ ਤਰੀਕੇ ਨਾਲ ਸੁਲਝਾ ਲਿਆ ਜਾਏਗਾ ਲੇਕਿਨ ਉਹਨਾਂ ਨੇ ਉਹ ਜਿਹੜਾ ਉੱਥੇ ਧੱਕੇਸ਼ਾਹੀ ਹੋਈ ਹੈ ਬਹੁਤ ਬੁਰੀ ਤਰ੍ਹਾਂ ਧੱਕੇਸ਼ਾਹੀ ਹੋਈ ਹੈ ਗਰੀਬ ਲੋਕਾਂ ਸਰਦੀਆਂ ਦੇ ਦਿਨਾਂ ਦੇ ਵਿੱਚ ਉਹਨਾਂ ਨੂੰ ਢਾ ਦਿੱਤਾ ਔਰ ਅੱਜ ਉਹ ਲੋਕ ਜਿਹੜੇ ਰੱਬ ਆਸਰੇ ਉੱਤੇ ਬੈਠੇ ਆ ਜਿਹੜੀਆਂ ਦਾਨੀ ਸੱਜਣ ਆ ਜਾਂ ਹੋਰ ਜਿਹੜੇ ਸੰਸਥਾਵਾਂ ਆ ਉਹ ਉਹਨਾਂ ਦੀ ਮਦਦ ਜਿਹੜੀ ਉਹ ਕਰ ਰਹੀ ਆ ਜਿਹੜੀ ਗਵਰਨਮੈਂਟ ਹੈ ਉੱਥੇ ਦੇ ਕਿਸੇ ਦੇ ਵਿਧਾਇਕ ਨੂੰ ਪੁੱਛ ਕੇ ਦੇਖ ਲਓ ਲੋਕਲ ਨੂੰ ਉਹ ਕਹਿੰਦੇ ਜੀ ਸਾਨੂੰ ਨਹੀਂ ਇਹਦੇ ਬਾਰੇ ਪਤਾ ਜੋ ਕਰੇਗੀ ਸਰਕਾਰ ਕਰੇਗੀ ਔਰ ਉਹ ਜਿਹੜੀ ਮੈਂ ਸਮਝਦਾ ਕਿ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਆਪ ਸਮਝ ਸਕਦੇ ਹੋ ਇਹਨਾਂ ਦੇ ਵਿੱਚ ਉਹ ਲੋਕਾਂ ਦਾ ਉੱਥੇ ਕੀ ਹਾਲ ਹੋਏਗਾ। ਥੈਂਕ ਯੂ ਥੈਂਕ ਯੂ ਇੱਕ ਮਿੰਟ ਲਈ ਜਿਹੜਾ ਤੁਸੀਂ ਪੁੱਛ ਰਹੇ ਸੀ ਨਾ ਵੀ ਬਾਕੀ ਲੋਕ ਨਹੀਂ ਆਏ ਰਾਤ ਇੱਕ ਪਤਾ ਸਾਰਿਆਂ ਨੂੰ 1:30 ਵਜੇ ਤੱਕ ਫਿਰ ਮੈਸੇਜ ਸਾਰੇ ਪੰਜਾਬ 'ਚ ਕੀਤਾ ਵੀ ਪ੍ਰੋਗਰਾਮ ਜਿਹੜਾ ਆ ਉਹ ਕੈਂਸਲ ਹੋ ਗਿਆ ਔਰ ਲੋਕ ਕਈ ਸਵੇਰੇ 5 ਵਜੇ ਤੋਂ ਲੈ ਕੇ ਰਾਤ ਫੋਨ ਆਏ ਸਾਰੇ ਪੰਜਾਬ 'ਚ ਮੂਵਮੈਂਟ ਇੰਨੀ ਸੀ ਵੀ ਉਹ ਰਾਤ ਫੋਨ ਕਰਕੇ ਰੁਕਣਾ ਪਿਆ ਪਰ ਫਿਰ ਵੀ ਜਿਹੜੇ ਹੁਣ ਜਿਨ੍ਹਾਂ ਨੇ ਨਹੀਂ ਮੈਸੇਜ ਮਿਲਿਆ ਜਾਂ ਜਿਹੜੇ ਆ ਗਏ ਉਹ ਇਹ ਤਾਂ ਬਾਕੀ ਜਿਹੜੇ ਬਹੁਤ ਲੋਕ ਆ ਜਿਹੜੇ ਮੁੜ ਗਏ ਵਾਪਸ ਔਰ ਬੜੀ ਵੱਡੀ ਪੱਧਰ ਤੇ ਇਹ ਜਿਹੜੀ ਮੂਵਮੈਂਟ ਹੋ ਰਹੀ ਸੀ ਜਿਹਦਾ ਕਿ ਇੰਟੈਲੀਜੈਂਸ ਨੂੰ ਪਤਾ ਸੀ ਔਰ ਇਹ ਜਿਹੜਾ ਸਾਰਾ ਕੀਤਾ ਗਿਆ ਇੰਨਾ ਕੌਨਫੀਡੈਂਸ਼ੀਅਲ ਕਦੀ ਰੱਖਿਆ ਹੀ ਨਹੀਂ ਗਿਆ। ਤੁਸੀਂ ਸੋਚ ਸਕਦੇ ਹਾਂ ਵੀ ਰਾਤ 11:30 ਜੇਲ੍ਹ ਸੈਕਟਰੀ ਟਾਈਪ ਕਰਕੇ ਲਿਸਟ ਤੇ ਭੇਜਣਾ ਇੰਨਾ ਕਿਹੜਾ ਕੋਈ ਜਿਹੜਾ ਬੜਾ ਖੂੰਖਾਰ ਉਹ ਮੈਡਮ ਨੇ ਜਿਹੜਾ ਲਿਖਿਆ ਆ ਉਹ ਖੂੰਖਾਰ ਉਹ ਲਿਖਿਆ ਵੀ ਸਰਕਾਰ ਨੂੰ ਇਹ ਲੱਗਦਾ ਵੀ ਇਹੋ ਜਿਹਾ ਬੰਦਾ ਤੇ ਤੁਸੀਂ ਸਾਰਿਆਂ ਨੂੰ ਇਹ ਜਾਣਕਾਰੀ ਹੈ ਇਸ ਗੱਲ ਤੇ ਆਜ਼ਾਦੀ ਤੋਂ ਬਾਅਦ ਇਸ ਤਰ੍ਹਾਂ ਦੇ ਜਿਹੜੇ ਮਸਲੇ ਜਿਹੜੇ ਆ ਇਹ ਹੋ ਰਹੇ। ਚੀਮਾ ਸਾਹਿਬ ਮੁੱਖ ਮੰਤਰੀ ਸਾਹਿਬ ਵੱਲੋਂ ਅੱਜ ਗਣਤੰਤਰ ਦਿਵਸ ਤੇ ਕਿਹਾ ਗਿਆ ਕਿ ਮੈਨੂੰ ਮੁੱਖ ਮੰਤਰੀ ਨੂੰ ਦੁੱਖ ਮੰਤਰੀ ਕਹੋ
ਕੀ ਕਰਨ ਲੱਗ ਰਹੇ ਨੇ ਕਿ ਅਜਿਹੇ ਹਾਲਾਤ ਪੈਦਾ ਹੋਏ ਹੋਏ ਨੇ ਪੰਜਾਬ ਚ ਕਿ ਅੱਜ ਉਹਨਾਂ ਨੂੰ ਕਹਿਣਾ ਪੈਂਦਾ ਉਹ ਆਪ ਦੁਖੀ ਆ ਵਿਚਾਰਾ ਉਹ ਮੁੱਖ ਮੰਤਰੀ ਆਪ ਹੀ ਦੁਖੀ ਹੈ ਕਿਉਂਕਿ ਮੁੱਖ ਮੰਤਰੀ ਤਾਂ ਬਣਾ ਤਾ ਮੈਂ ਹੁਣ ਕੀ ਸ਼ਬਦ ਬਣਨਾ ਉਹ ਤਾਂ ਸ਼ਹਿਰੀ ਬਣ ਕੇ ਕੰਮ ਕਰਦਾ ਕੇਜਰੀਵਾਲ ਦਾ ਉਹ ਰਾਘਵ ਚੱਡੇ ਹੋਣੀ ਉੱਤੇ ਬਹਾਦੇ ਇੱਕ ਅਗਰਵਾਲ ਲਿਆ ਕੇ ਦਿੱਲੀ ਚ ਉਹਨਾਂ ਨਾਲ ਕੀ ਮਤਲਬ ਹੈ ਉਹ ਮੀਟਿੰਗਾਂ ਦੇ ਵਿੱਚ ਬਹਿੰਦੇ ਨੇ ਸਰਕਾਰੀ ਮੀਟ ਗਵਰਨਰ ਨੇ ਨੋਟਿਸ ਕੀਤਾ ਸਰਕਾਰ ਨੂੰ ਵੀ ਇੱਕ ਜਿਹੜੇ ਦੇਖੋ ਮਨਿਸਟਰ ਜਿਹੜੇ ਨੇ ਸ਼ਬਦ ਲੈਂਦੇ ਨੇ IAS ਵੀ ਸ਼ਬਦ ਲੈਂਦੇ ਨੇ ਕੌਂਸਟੀਟਿਊਸ਼ਨ ਮਰਿਆਦਾ ਚ ਰਹਿਣ ਦੀ ਉਹਨਾਂ ਮੀਟਿੰਗਾਂ ਦੇ ਵਿੱਚ ਜਿੱਥੇ ਸੀਕਰੇਟ ਕੌਨਫੀਡੈਂਸ਼ੀਅਲ ਹੁੰਦਾ ਹੈ ਉੱਥੇ ਇੱਕ ਆਮ ਆਦਮੀ ਜਿਹੜਾ ਦਿੱਲੀਓਂ ਭੇਜਿਆ ਹੋਇਆ ਹੈ ਅਗਰਵਾਲ ਉਹ ਉੱਥੇ ਬਹਿੰਦਾ ਹੈ ਇਹ ਕੰਡੈਮੇਬਲ ਨਹੀਂ ਦੁਖੀ ਤਾਂ ਉਹ ਆਪ ਹੀ ਹੋਊਗਾ ਅਜੇ ਗਾਹਾਂਗਾ ਦੇਖੋ ਕਿੰਨਾ ਦੁੱਖ ਹੁੰਦਾ ਉਹਨੂੰ ਸਧਾਰਨ ਬੰਦੇ ਨੂੰ ਨੀ ਕਰਦੇ ਜਿਹੜਾ 323 ਦੇ ਵਿਚ ਮੇਰੇ ਖਿਆਲ ਹਿੰਦੁਸਤਾਨ ਦੀ ਹਿਸਟਰੀ ਚ ਮੈਂ ਵੀ ਲਾ ਕੀਤਾ ਮੈਂ ਵੀ ਪ੍ਰੈਕਟਿਸ ਕਰਦਾ ਰਿਹਾ ਕਿ 23 ਦੇ ਵਿਚ ਪ੍ਰੋਵੇਸ਼ਨ ਹੋ ਜਾਂਦੀ ਹੈ ਵੱਧ ਤੋਂ ਵੱਧ ਉਹਨੂੰ ਦੇਖੋ ਪਹਿਲਾਂ ਜੁਰਮਾਨਾ ਕੀਤਾ ਗਿਆ ਸਜ਼ਾ ਵੀ ਉਹਨੂੰ ਕਰਵਾਈ ਮੈਂ ਸਮਝਦਾ ਕਰਾਈ ਗਈ ਹੈ ਇਹ ਬਹੁਤ ਬੜਾ ਇਹਦੇ 'ਚ ਉਹ ਹੈ ਸਿੱਧੂ ਤਾਂ ਉਦੋਂ ਦਾ ਹੋਊਗਾ ਬਣਿਆ ਹੋਇਆ ਜਦੋਂ ਰਿਵਿਊ ਕਰਾ ਕੇ ਇਹਨੂੰ ਸਜ਼ਾ ਹੋਈ ਹੈ ਠੀਕ ਹੈ ਕੀਤਾ ਪਰ ਸਜ਼ਾ ਦੇ ਵਿੱਚ 323 ਦੇ ਵਿੱਚ ਤਾਂ ਇੱਕ ਹੌਲਦਾਰ ਹੈ ਜਿਹੜਾ ਉਹ ਆਪਣੀ ਜ਼ਮਾਨਤ ਲੈ ਲੈਂਦਾ ਆਮ ਕੋਈ ਵੀ ਹੋਵੇ ਏਪੀ ਸਾਹਿਬ ਵੀ ਵਕੀਲ ਨੇ ਐਤਵਾਰ ਵੀ ਬੈਠਾ ਹੈ ਅੱਜ ਤੱਕ ਇਸ ਦੌਰਾ ਚ ਕਦੇ ਕਿਸੇ ਨੂੰ ਸਜ਼ਾ ਹੀ ਨਹੀਂ ਹੋਈ ਇਹ ਤਾਂ ਕਦੇ ਸਿਸਟਮ ਨਾ ਬੰਦੀ ਸਿੱਖਣ ਤੇ ਸਿਆਸਤ ਕੀਤੀ ਜਾ ਰਹੀ ਹੈ ਨਹੀਂ ਦੇਖੋ ਜਿਹੜੇ ਵੀ ਇਹ ਬੰਦੀ ਨੇ ਇਹਨਾਂ ਨੂੰ ਸਰਕਾਰ ਨੂੰ ਚਾਹੀਦਾ ਜਿਹਨਾਂ ਦੀ ਸਜ਼ਾ ਹੋ ਜਿਹਨਾਂ ਤੋਂ ਹਿੰਦੁਸਤਾਨ ਦੀ ਆਜ਼ਾਦੀ ਨੂੰ ਕੋਈ ਖਤਰਾ ਨਹੀਂ ਹੈ ਕੋਈ ਪ੍ਰੋਬਲਮ ਨਹੀਂ ਹੈ ਉਹਨਾਂ ਨੂੰ ਛੱਡਣਾ ਚਾਹੀਦਾ